ਸਮੂਹ ਜਲੰਧਰ ਨਿਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜਿੱਦਾਂ ਕਿ ਆਪਾਂ ਜਾਣਦੇ ਆਂ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਸੰਡੇ ਲਾਕਡਾਊਨ ਦੇ ਜਿਹੜੇ ਆਰਡਰ ਸੀਗੇ ਉਹ ਕੱਲ ਸੰਡੇ ਹੋਣ ਕਰਕੇ 25 ਤਰੀਕ ਨੂੰ ਐਪਲੀਕੇਬਲ ਹੋਣਗੇ ਤੇ ਜਿਹੜਾ ਉਸੇ ਅਸੀਂ ਆਰਡਰ ਪਾਸ ਕੀਤਾ ਸੀਗਾ ਉਹਦੇ ਵਿੱਚ ਲਿਖਿਆ ਸੀ ਕਿ ਵੀ ਸਾਰੇ ਮਾਲ ਸਾਰੇ ਮਾਰਕੀਟ ਸਾਰੀਆਂ ਦੁਕਾਨਾਂ ਸਾਰੇ ਰੈਸਟੋਰੈਂਟ ਹੋਟਲ ਦੇ ਅੰਦਰ ਵੀ ਜਿਹੜੇ ਕੋਈ ਰੈਸਟੋਰੈਂਟ ਚੱਲਦੇ ਨੇ ਇਹ ਸਾਰੇ ਮੁਕੰਮਲ ਤੌਰ ਤੇ ਬੰਦ ਰਹਿਣਗੇ ਸਿਰਫ ਐਸੈਂਸ਼ੀਅਲ ਸਰਵਿਸਿਜ਼ ਚਾਲੂ ਰਹਿਣਗੀਆਂ ਤੇ ਵੀਕਲੀ ਮਾਰਕੀਟ ਵੀ ਕੋਈ ਜਿੱਦਾਂ ਸੰਡੇ ਮਾਰਕੀਟ ਲੱਗਦੇ ਨੇ ਉਹ ਵੀ ਸਾਰੇ ਪੂਰਨ ਤੌਰ ਤੇ ਬੰਦ ਰਹਿਣਗੇ ਤੇ ਸਾਨੂੰ ਕੁਝ ਕੌਲਾਂ ਆ ਰਹੀਆਂ ਸੀਗੀਆਂ ਵੀ ਐਸੈਂਸ਼ੀਅਲ ਸਰਵਿਸ ਦੇ ਵਿੱਚ ਕੀ ਆਉਂਦਾ ਹੈ ਤੇ ਉਹ ਅਸੀਂ ਕੁਝ ਕੈਟਾਗਰੀ ਐਗਜ਼ੈਂਪਟ ਕਰਨ ਲੱਗੇ ਆਂ ਤੇ ਜਿਹੜਾ ਅਸੀਂ ਤੁਹਾਨੂੰ ਮੈਂ ਜਾਣੂ ਕਰਵਾਉਣਾ ਚਾਹਨਾ ਸੋ ਜਿਹੜੇ ਇਸ ਟਾਈਮ ਕੱਲ੍ਹ ਦੇ ਦਿਨ ਦੇ ਵਿੱਚ ਸਾਰੀ ਕੈਮਿਸਟ ਦੀ ਦੁਕਾਨਾਂ ਖੁੱਲੀਆਂ ਰਹਿ ਸਕਦੀਆਂ ਨੇ ਉਸ ਤੋਂ ਇਲਾਵਾ ਜਿਹੜੇ ਪੈਰੀਸ਼ੇਬਲ ਆਈਟਮ ਨੇ ਜਿਹੜੇ ਖਰਾਬ ਹੋ ਜਾਂਦੇ ਨੇ ਜਿੱਦਾਂ ਕਿ ਦੁੱਧ ਹੈ ਫਰੂਟ ਹੈ ਸਬਜੀ ਹੈ ਜਾਂ ਕੋਈ ਪਸ਼ੂਆਂ ਲਈ ਫੀਡ ਹੈ ਇਹ ਸਾਰੇ ਜਿਹੜੇ ਹੈਗੀ ਦੁਕਾਨਾਂ ਬੰਦ ਰਹਿਣੀ ਹੈ ਪਰ ਇਹਨਾਂ ਦਾ ਜਿੱਦਾਂ ਸ਼ਟਰਡਾਊਨ ਕਰਕੇ ਇਹ ਡੋਰ ਟੂ ਡੋਰ ਡਿਲੀਵਰੀ ਲਈ ਯੂਜ਼ ਕਰ ਸਕਦੇ ਹਾਂ ਤਾਂ ਕਿ ਕੋਈ ਪੈਰੀਸ਼ੇਬਲ ਆਈਟਮ ਕਿਸੇ ਦਾ ਨੁਕਸਾਨ ਨਾ ਹੋਵੇ ਖਾਸ ਕਰ ਜਿਹੜੇ ਸਾਡੇ ਛੋਟੇ ਟਰੇਡਰ ਨੇ ਇਹਦੇ ਵਿੱਚ ਕੰਮ ਕਰਦੇ ਨੇ ਸੋ ਪੈਰੀਸ਼ੇਬਲ ਆਈਟਮਸ ਦੀ ਡਿਲੀਵਰੀ ਡੋਰ ਟੂ ਡੋਰ ਅਲਾਉ ਕੀਤੀ ਜਾਊਗੀ ਬਾਕੀ ਐਸੈਂਸ਼ੀਅਲ ਕੰਮ ਕੋਈ ਆਕਸੀਜਨ ਸਪਲਾਈ ਦਾ ਟਰੇਡਰ ਐ ਉਸ ਟਾਈਪ ਦੀ ਦੁਕਾਨਾਂ ਨੇ ਉਹ ਸਾਰੀ ਖੁੱਲੀਆਂ ਰਹਿ ਸਕਦੀਆਂ ਨੇ ਤੇ ਸਾਰੇ ਫੈਕਟਰੀਜ਼ ਜਿਹੜੀ ਐ ਕੰਟੀਨਿਊਸ ਪ੍ਰੋਸੈਸ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੇ ਫੈਕਟਰੀ ਦੇ ਵਰਕਰ ਸਾਰੇ ਆਈਡੀ ਕਾਰਡ ਦੇ ਪ੍ਰੋਡਕਸ਼ਨ ਦੇ ਉੱਤੇ ਆਪਣੇ ਯੂਨਿਟਸ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਨੇ ਇਸ ਤੋਂ ਇਲਾਵਾ ਏਟੀਐਮਸ ਵੀ ਖੁੱਲੇ ਰਹਿ ਸਕਦੇ ਨੇ ਤੇ ਪੈਟਰੋਲ ਪੰਪਸ ਵੀ ਖੁੱਲੇ ਰਹਿ ਸਕਦੇ ਨੇ ਕਿਉਂਕਿ ਐਸੈਂਸ਼ੀਅਲ ਸਰਵਿਸ ਦੇ ਵਿੱਚ ਐ ਸੋ ਇਹਨਾਂ ਕੈਟਾਗਰੀਜ਼ ਨੂੰ ਛੱਡ ਕੇ ਬਾਕੀ ਸਾਰਾ ਮੁਕੰਮਲ ਤੌਰ ਤੇ ਬੰਦ ਰਹੇਗਾ ਸਾਰੇ ਮਾਰਕੀਟ ਦੁਕਾਨਾਂ ਸਾਰੀਆਂ ਬੰਦ ਰਹਿਣਗੀਆਂ ਹਾਈਵੇਜ਼ ਤੇ ਵੀ ਸਾਰੀ ਮੂਵਮੈਂਟ ਜਿਹੜੀ ਹੈ ਉਹ ਅਲਾਉ ਕੀਤੀ ਜਾਂਦੀ ਹੈ ਕੋਈ ਘਰ ਆ ਰਿਹਾ ਕੋਈ ਹੈ ਤਾਂ ਹਾਈਵੇਜ਼ ਦਾ ਟਰੈਵਲ ਹੈ ਉਹ ਅਲਾਉ ਕੀਤਾ ਜਾਊਗਾ ਸੋ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਤੁਸੀਂ ਹੁਣ ਦੇਖ ਰਹੇ ਹੋ ਆਪਾਂ ਨੈਸ਼ਨਲ ਟੀਵੀ ਦੇ ਉੱਤੇ ਦੇਖਿਆ ਤਾਂ ਬੜਿਆ ਜਿਹੜੀ ਸਿਚੁਏਸ਼ਨ ਗ੍ਰਿਮ ਹੁੰਦੀ ਜਾਂਦੀ ਹੈ ਸੋ ਇਹ ਜਿਹੜੀ ਸਿਚੁਏਸ਼ਨ ਹੈ ਅਸੀਂ ਦੇਖਦੇ ਹਾਂ ਕਈ ਵਾਰ ਇਹ ਹਾਲਤ ਤਾਂ ਦਿੱਲੀ ਦੇ ਵਿੱਚ ਮਾੜੇ ਨੇ ਜਾਂ ਫਿਰ ਇਹ ਹਾਲਤ ਤਾਂ ਯੂਪੀ ਦੇ ਵਿੱਚ ਬਾਲੇ ਮਾੜੇ ਨੇ ਉਹ ਮੈਂ ਦੇਖ ਰਿਹਾ ਕਿ ਜਿਹੜੇ ਸਾਡੇ ਪੇਸ਼ੈਂਟ ਦਿੱਲੀ ਤੋਂ ਇੱਥੇ ਜਲੰਧਰ ਐਡਮਿਸ਼ਨ ਲੈ ਰਹੇ ਨੇ ਦਿੱਲੀ ਤੋਂ ਉਹ ਇਸ ਟਾਈਮ ਪਰਸੋਂ ਜਿਹੜਾ ਹੈਗਾ ਮੈਂ ਦੇਖ ਰਿਹਾ ਸੀਗਾ 27 ਪੇਸ਼ੈਂਟ ਸਾਡੇ ਜਿਹੜੇ ਪੰਜਾਬ ਦੇ ਬਾਹਰ ਦੇ ਜਿਹੜੇ ਜਲੰਧਰ ਐਡਮਿਟਡ ਨੇ ਜਿਸ ਤੇ ਕਰਕੇ ਇੱਥੇ ਵੀ ਹੋਰ ਸਾਡੇ ਜਿਹੜੀ ਆਕਸੀਜਨ ਜਾਂ ਹੋਰ ਇਨਫਰਾਸਟ੍ਰਕਚਰ ਤੇ ਬੋਝ ਪੈ ਰਿਹਾ ਤੇ ਸਾਨੂੰ ਜ਼ਰੂਰੀ ਹੈ ਵੀ ਆਪਾਂ ਜਿਹੜੀ ਵੀ ਗਾਈਡਲਾਈਨਸ ਆਂਦੀਆਂ ਇਹਨਾਂ ਦੀ ਫੁੱਲ ਕੰਪਲਾਈਂਸ ਕਰੀਏ ਤੇ ਲਗਾਤਾਰ ਆਪਾਂ ਸਾਰੇ ਕੋਆਪਰੇਟ ਕਰਕੇ ਹੀ ਇਸ ਤੋਂ ਬਾਹਰ ਨਿਕਲ ਜਾਂਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ